ਅੱਜ ਬਜ਼ੁਰਗ ਹੋ ਗਏ ਨੇ ਉਹ, ਆਪਣੀ ਲਾਈਫ ਦੇ ਉਹਨਾਂ ਨੇ ਲੰਮੇ ਤੋਂ ਲੰਮਾ ਸਮਾਂ ਉਹਨਾਂ ਨੇ ਜੇਲ੍ਹਾਂ 'ਚ ਕੱਟ ਲਿਆ, ਜਿਸ 'ਤੇ ਕਿ ਉਹ ਮਤਲਬ ਇੰਨਾ ਕਈ ਅਸੀਂ ਇਸ ਤਰ੍ਹਾਂ ਦੇਖੇ, ਮੈਨੇ ਖੁਦ ਵੀ ਜੇਲ੍ਹ ਕੱਟੀ ਹੋਈ ਹੈ, ਅਸੀਂ ਜੇਲ੍ਹਾਂ 'ਚ ਇਹ ਦੇਖਿਆ ਕਈਆਂ ਨੇ ਮਤਲਬ ਬੁਰੀ ਤਰ੍ਹਾਂ ਮਰਡਰ ਕੀਤੇ ਹੁੰਦੇ ਆ, ਅਤੇ ਉਹ ਵੀ ਆਪਣੀ ਮਤਲਬ ਸਜ਼ਾ ਕੱਟ ਕੇ ਜਾਂ ਉਹਨਾਂ ਨੂੰ ਪਰੋਲ ਮਿਲ ਜਾਂਦੀ ਹੈ, ਸਜ਼ਾ ਕੱਟ ਕੇ ਉਹ ਚਲੇ ਜਾਂਦੇ ਆ। ਹਾਂਜੀ, ਉਹ ਕ੍ਰਿਮੀਨਲ ਮਾਇੰਡ ਹੁੰਦੇ ਆ, ਪਰ ਇਹਨਾਂ ਬੱਚਿਆਂ ਦਾ ਇਸ ਤਰ੍ਹਾਂ ਨਹੀਂ ਸੀ। ਇਹਨਾਂ ਇੱਕ ਜਜ਼ਬਾਤ ਸੀ, ਆਪਣੀ ਸਿੱਖ ਕੌਮ ਪ੍ਰਤੀ ਦਰਦ ਸੀ, ਅਤੇ ਉਹ ਇਸ ਮਤਲਬ ਲਹਿਰ ਨਾਲ ਜੁੜੇ, ਅਤੇ ਗਲਤੀ ਕੋਈ ਨਹੀਂ ਸੀ, ਅਤੇ ਸਜ਼ਾਵਾਂ ਬਹੁਤ ਲੰਮੀਆਂ ਕੱਟ ਲਈਆਂ। ਘਰ 'ਚ ਖੁਸ਼ੀ ਦਾ ਮਾਹੌਲ ਆਇਆ, ਬਹੁਤ ਦੁੱਖ ਹੰਢਾਇਆ ਸੀ, ਸਾਰਾ ਪਰਿਵਾਰ ਖੇਰੂ ਹੋ ਕੇ ਹੁਣ ਖੁਸ਼ੀ ਦਾ ਮਾਹੌਲ ਆਇਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨੀਆਂ ਅਰਦਾਸਾਂ ਕਰ ਕਰਕੇ ਮੇਰੇ ਮਾਮੂ ਨੂੰ ਘਰ ਲਿਆਂਦਾ। ਉਹ ਵੀ ਜੇਲ੍ਹਾਂ ਤੋਂ ਰਿਹਾਅ ਹੋਣ, ਸਾਰਿਆਂ ਲਈ ਇਹੋ ਹੀ ਅਰਦਾਸ ਹੈ ਵੀ ਸਾਰੇ ਆਪੋ ਆਪਣੇ ਘਰਾਂ 'ਚ ਵਰਤਣ, ਹੈ ਨਾ, ਵਾਹਿਗੁਰੂ ਉਹਨਾਂ 'ਤੇ ਵੀ ਮਿਹਰ ਕਰੇ, ਕਿਸੇ ਦਾ ਵੀ ਘਰ ਨਾ ਉਜੜੇ। ਬਹੁਤ ਜ਼ਿਆਦਾ ਬੇਟਾ ਖੁਸ਼ੀ ਹੈ, ਬਹੁਤ ਜ਼ਿਆਦਾ ਖੁਸ਼ੀ ਹੈ, ਜਿੰਨੀ ਕਹੀਏ ਉਨੀ ਖੁਸ਼ੀ ਹੈ। ਬਹੁਤ ਇਹ 1985 ਦਾ 8ਵੇਂ ਮਹੀਨੇ ਦਾ ਜੇਲ੍ਹ 'ਚ ਸੀ, ਲਾ ਲਓ ਸਾਹਿਬ ਹੁਣ 2020 ਹੋ ਗਿਆ, 26ਵਾਂ 25ਵਾਂ ਸਾਲ ਲੱਗਿਆ ਹੋਇਆ, 25 ਸਾਲ ਬਾਅਦ ਅੱਜ ਆਵਾਂ ਦੇ।